ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਡਾ ਲੰਮੇ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਦੂਰ ਨਜ਼ਰ ਆ ਰਹੇ ਨੇ। ਭਾਵੇਂ ਕਿ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਹੋਣ ਜਾਂ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ, ਪਰ ਰਾਘਵ ਚੱਡਾ ਕਿਧਰੇ ਨਜ਼ਰ ਨਹੀਂ ਆਏ। ਇਸ ਵਿਚਾਲੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਦੱਸਿਆ ਕਿ ਰਾਘਵ ਚੱਡਾ ਅੱਖਾਂ ਦੀ ਗੰਭੀਰ ਬਿਮਾਰੀ ਤੋਂ ਪੀੜਿਤ ਸਨ, ਜਿਸ ਦੇ ਵਿੱਚ ਜੇ ਇਲਾਜ 'ਚ ਦੇਰੀ ਹੁੰਦੀ ਤਾਂ ਨਿਗਾਹ ਵੀ ਜਾ ਸਕਦੀ ਸੀ। ਸੌਰਭ ਨੇ ਦੱਸਿਆ ਕਿ ਚੱਡਾ ਦਾ ਇਲਾਜ ਯੂਕੇ ਦੇ ਇੱਕ ਹਸਪਤਾਲ ਦੇ ਵਿੱਚ ਕੀਤਾ ਗਿਆ ਅਤੇ ਠੀਕ ਹੋਣ ਤੋਂ ਬਾਅਦ ਉਹ ਭਾਰਤ ਵਾਪਸ ਆਉਣਗੇ ਅਤੇ ਪਾਰਟੀ ਦੀ ਸਿਆਸੀ ਮੁਹਿੰਮ ਦੇ ਵਿੱਚ ਸ਼ਾਮਲ ਹੋਣਗੇ। ਹਿੰਦੁਸਤਾਨ ਟਾਈਮਸ ਅਖ਼ਬਾਰ ਨੇ ਰਾਘਵ ਚੱਡਾ ਦੇ ਇੱਕ ਰਿਸ਼ਤੇਦਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਦੇ ਵਿੱਚ ਦੱਸਿਆ ਕਿ ਚੱਡਾ ਹਾਲੇ ਵੀ ਲੰਡਨ ਦੇ ਵਿੱਚ ਹੀ ਨੇ ਤੇ ਉਹਨਾਂ ਨੂੰ ਸਰਜਰੀ ਤੋਂ ਬਾਅਦ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ। ਰਿਪੋਰਟ ਦੇ ਮੁਤਾਬਕ ਚੱਡਾ ਦੀ ਅੱਖ ਦੇ ਰੈਟੀਨਾ ਦੇ ਵਿੱਚ ਛੇਦ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਹੋਰ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਦੇ ਇਲਾਜ ਵਜੋਂ ਉਹਨਾਂ ਨੇ ਵਿਟ੍ਰੈਕਟਮੀ ਕਰਵਾਈ, ਜੋ ਕਿ ਅੱਖਾਂ ਦੀ ਇੱਕ ਮੇਜਰ ਸਰਜਰੀ ਹੈ। ਅਸੀਂ ਸੀਨੀਅਰ ਆਈ ਸਰਜਨ ਡਾਕਟਰ ਚਿਰਾਗ ਗੁਪਤਾ ਦੇ ਨਾਲ ਵਿਟ੍ਰੈਕਟਮੀ ਦੇ ਕਾਰਨਾਂ ਤੇ ਇਲਾਜ ਸੰਬੰਧੀ ਗੱਲਬਾਤ ਕੀਤੀ। ਵਿਟ੍ਰੈਕਟਮੀ ਇੱਕ ਸਰਜਰੀ ਹੈ ਜਿਸ ਦੀ ਲੋੜ ਰੈਟੀਨਾ ਅਤੇ ਵਿਟ੍ਰੀਅਸ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਦੇ ਲਈ ਕੀਤੀ ਜਾਂਦੀ ਹੈ। ਡਾਕਟਰ ਚਿਰਾਗ ਦੱਸਦੇ ਨੇ ਕਿ ਵਿਟ੍ਰੀਅਸ ਇੱਕ ਜੈਲੀ ਨੁਮਾ ਤਰਲ ਪਦਾਰਥ ਹੈ ਜੋ ਕਿ ਅੱਖਾਂ ਦੇ ਅੰਦਰਲੇ ਪਾਸੇ ਹੁੰਦਾ ਹੈ। ਇਸੇ ਤਰ੍ਹਾਂ ਰੈਟੀਨਾ ਅੱਖ ਦੇ ਪਿਛਲੇ ਪਾਸੇ ਸੈੱਲਾਂ ਦੀ ਇੱਕ ਪਰਤ ਹੁੰਦੀ ਹੈ। ਇਹ ਸੈੱਲ ਰੋਸ਼ਨੀ ਦੀ ਵਰਤੋਂ ਕਰਕੇ ਦਿਮਾਗ ਤੱਕ ਵਿਜ਼ੂਅਲ ਜਾਣਕਾਰੀ ਪਹੁੰਚਾਉਂਦੇ ਨੇ। ਇੱਕ ਤੰਦਰੁਸਤ ਅੱਖ ਦੇ ਵਿੱਚ ਵਿਟ੍ਰੀਅਸ ਕਲੀਅਰ ਯਾਨੀ ਕਿ ਪਾਰਦਰਸ਼ੀ ਹੁੰਦਾ ਹੈ ਤਾਂ ਜੋ ਰੋਸ਼ਨੀ ਅੱਖ ਦੇ ਰਾਹੀਂ ਰੈਟੀਨਾ ਤੱਕ ਪਹੁੰਚ ਸਕੇ। ਇਸ ਸਰਜਰੀ ਦੇ ਦੌਰਾਨ ਵਿਟ੍ਰੀਅਸ ਨੂੰ ਹਟਾ ਦਿੱਤਾ ਜਾਂਦਾ ਹੈ ਜਾਂ ਉਸਦੀ ਜਗ੍ਹਾ ਹੋਰ ਸੋਲਿਊਸ਼ਨ ਪਾ ਦਿੱਤਾ ਜਾਂਦਾ ਹੈ। ਵਿਟ੍ਰੀਅਸ ਦੇ ਖਰਾਬ ਹੋਣ ਦੇ ਕਈ ਕਾਰਨ ਹੋ ਸਕਦੇ ਨੇ, ਜਿਵੇਂ ਕਿ ਇਸ ਦੇ ਵਿੱਚ ਖੂਨ ਭਰ ਜਾਣਾ ਜਾਂ ਇਸ ਦਾ ਗਾੜਾ ਹੋ ਜਾਣਾ। ਵਿਟ੍ਰੀਅਸ ਦੇ ਵਿੱਚ ਕਿਸੇ ਵੀ ਕਿਸਮ ਦਾ ਵਿਗਾੜ ਪੈਣ ਦੇ ਨਾਲ ਰੋਸ਼ਨੀ ਰੈਟੀਨਾ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਪਹੁੰਚ ਪਾਉਂਦੀ, ਜਿਸ ਦੇ ਨਾਲ ਚੀਜ਼ਾਂ ਨੂੰ ਦੇਖਣ ਦੇ ਵਿੱਚ ਸਮੱਸਿਆ ਆਉਂਦੀ ਹੈ। ਇਸ ਤਰਲ ਪਦਾਰਥ ਨੂੰ ਹਟਾ ਕੇ ਜਾਂ ਬਦਲ ਕੇ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਹਿੰਦੁਸਤਾਨ ਟਾਈਮਸ ਦੀ ਖ਼ਬਰ ਦੇ ਮੁਤਾਬਕ ਰਾਘਵ ਚੱਡਾ ਡਿਟੈਚਡ ਰੈਟੀਨਾ ਦੀ ਸਮੱਸਿਆ ਤੋਂ ਪੀੜਤ ਸਨ। ਡਿਟੈਚਡ ਰੈਟੀਨਾ ਇੱਕ ਅਜਿਹੀ ਸਥਿਤੀ ਹੈ ਜਿਸ ਦੇ ਵਿੱਚ ਰੈਟੀਨਾ ਅੱਖ ਦੇ ਪਿਛਲੇ ਪਾਸੇ ਦੀ ਵਿਟ੍ਰੀਅਸ ਦੇ ਨਾਲੋਂ ਅਲੱਗ ਹੋ ਜਾਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਵੀ ਮਾਹਰ ਵਿਟ੍ਰੈਕਟਮੀ ਕਰਵਾਉਣ ਦੀ ਸਿਫਾਰਿਸ਼ ਕਰਦੇ ਨੇ। ਵਿਟ੍ਰੀਅਸ ਨੂੰ ਹਟਾਉਣ ਦੇ ਨਾਲ ਰੈਟੀਨਾ ਦੇ ਤੱਕ ਰੋਸ਼ਨੀ ਬਿਹਤਰ ਤਰੀਕੇ ਦੇ ਨਾਲ ਪਹੁੰਚ ਸਕਦੀ ਹੈ, ਜਿਸ ਦੇ ਨਾਲ ਰੈਟੀਨਾ ਦੇ ਉੱਤੇ ਪਹਿਲੇ ਨਾਲੋਂ ਦਬਾਅ ਘੱਟ ਪੈਂਦਾ ਹੈ ਅਤੇ ਪੀੜਤ ਨੂੰ ਚੀਜ਼ਾਂ ਦੇਖਣ ਦੇ ਵਿੱਚ ਆਸਾਨੀ ਹੋ ਜਾਂਦੀ ਹੈ। ਡਾਕਟਰ ਚਿਰਾਗ ਦੇ ਮੁਤਾਬਕ ਸ਼ੂਗਰ ਅਤੇ ਹਾਈਪਰਟੈਂਸ਼ਨ ਦੇ ਮਰੀਜ਼ਾਂ ਨੂੰ ਵਿਟ੍ਰੀਅਸ ਦੇ ਨਾਲ ਜੁੜੀਆਂ ਦਿੱਕਤਾਂ ਆ ਸਕਦੀਆਂ ਨੇ। ਇਸ ਤੋਂ ਇਲਾਵਾ ਡਿਟੈਚਡ ਰੈਟੀਨਾ ਜਾਂ ਅੱਖਾਂ ਦੀ ਗੰਭੀਰ ਇਨਫੈਕਸ਼ਨ ਵੀ ਨਿਗਾਹ ਨੂੰ ਪ੍ਰਭਾਵਿਤ ਕਰ ਸਕਦੀ ਹੈ। ਡਾਕਟਰ ਚਿਰਾਗ ਦੱਸਦੇ ਨੇ ਕਿ ਅੱਖ ਦੇ ਅੰਦਰਲੇ ਪਾਸੇ ਲੱਗੀ ਸੱਟ ਵੀ ਰੈਟੀਨਾ ਜਾਂ ਵਿਟ੍ਰੀਅਸ ਨੂੰ ਪ੍ਰਭਾਵਿਤ ਕਰ ਸਕਦੀ ਹੈ। ਡਾਕਟਰ ਚਿਰਾਗ ਦੇ ਮੁਤਾਬਕ ਕਈ ਮਾਮਲਿਆਂ ਦੇ ਵਿੱਚ ਕੈਟਾਰੈਕਟ ਸਰਜਰੀ ਤੋਂ ਬਾਅਦ ਵੀ ਵਿਟ੍ਰੀਅਸ ਤੇ ਨਕਾਰਾਤਮਕ ਅਸਰ ਪੈਂਦਾ ਹੈ, ਪਰ ਅਜਿਹਾ ਬਹੁਤ ਘੱਟ ਮਾਮਲਿਆਂ ਦੇ ਵਿੱਚ ਹੁੰਦਾ ਹੈ। ਡਾਕਟਰ ਚਿਰਾਗ ਦੇ ਮੁਤਾਬਕ ਸੁਚੇਤ ਕਰਨ ਵਾਲੇ ਲੱਛਣ ਅਕਸਰ ਹੀ ਗੰਭੀਰ ਸਥਿਤੀ ਤੱਕ ਪਹੁੰਚਣ ਤੋਂ ਬਹੁਤ ਪਹਿਲਾਂ ਨਜ਼ਰ ਆਉਣ ਲੱਗਦੇ ਨੇ, ਜਿਵੇਂ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਛੋਟੇ ਛੋਟੇ ਧੱਬੇ ਨਜ਼ਰ ਆਉਣ ਲੱਗਦੇ ਨੇ। ਕਈਆਂ ਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਕਿਸੇ ਫਲੈਸ਼ ਲਾਈਟ ਵਾਂਗ ਵੱਜਦੀ ਹੈ। ਆਲੇ ਦੁਆਲੇ ਦੇਖਣ ਦੇ ਉੱਤੇ ਧੁੰਦਲਾ ਨਜ਼ਰ ਆਉਂਦਾ ਅਤੇ ਕਈ ਵਾਰ ਸਾਈਡ ਵਿਜ਼ਨ ਯਾਨੀ ਕਿ ਅੱਖਾਂ ਦੇ ਆਸੇ ਪਾਸੇ ਘੁਮਾ ਕੇ ਦੇਖਣ ਦੀ ਤਾਕਤ ਘੱਟ ਜਾਂਦੀ ਹੈ। ਅੱਖਾਂ ਸਾਹਮਣੇ ਪਰਦੇ ਵਾਂਗ ਕਿਸੇ ਲਹਿਰ ਦਾ ਛਾ ਜਾਣਾ ਵੀ ਰੈਟੀਨਾ ਅਤੇ ਵਿਟ੍ਰੀਅਸ ਸੰਬੰਧੀ ਦਿੱਕਤਾਂ ਦੇ ਵੱਲ ਸੰਕੇਤ ਹੋ ਸਕਦਾ ਹੈ।
ਇਹਨਾਂ ਦੇ ਵਿੱਚੋਂ ਕਿਸੇ ਵੀ ਅਜਿਹੇ ਹਾਲਾਤ ਦੇ ਵਿੱਚ ਜਲਦ ਤੋਂ ਜਲਦ ਡਾਕਟਰ ਦੇ ਨਾਲ ਸੰਪਰਕ ਕਰਨਾ ਬਹੁਤ ਲਾਜ਼ਮੀ ਹੈ। ਵਿਟ੍ਰੈਕਟਮੀ ਇੱਕ ਅਜਿਹਾ ਆਪਰੇਸ਼ਨ ਹੈ ਜੋ ਕਿ ਮਾਹਰ ਡਾਕਟਰਾਂ ਤੋਂ ਹੀ ਕਰਵਾਉਣਾ ਚਾਹੀਦਾ ਹੈ, ਕਿਉਂਕਿ ਗਲਤ ਇਲਾਜ ਦੀ ਸੂਰਤ ਦੇ ਵਿੱਚ ਤੁਹਾਡੀ ਨਿਗਾਹ ਵੀ ਜਾ ਸਕਦੀ ਹੈ। ਡਾਕਟਰ ਚਿਰਾਗ ਦੱਸਦੇ ਨੇ ਕਿ ਵਿਟ੍ਰੈਕਟਮੀ ਦੇ ਲਈ ਅੱਧੇ ਘੰਟੇ ਤੋਂ ਲੈ ਕੇ 1 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ ਅਤੇ ਇਸ ਉੱਤੇ ਆਉਣ ਵਾਲਾ ਖਰਚਾ ਹਸਪਤਾਲ ਦੀ ਕੈਟਾਗਰੀ ਦੇ ਉੱਤੇ ਵੀ ਨਿਰਭਰ ਕਰਦਾ ਹੈ। ਉਹਨਾਂ ਦੱਸਿਆ ਕਿ ਭਾਰਤ ਦੇ ਵਿੱਚ ਇਸ ਆਪਰੇਸ਼ਨ ਦੇ ਉੱਤੇ 20,000 ਰੁਪਏ ਤੋਂ ਲੈ ਕੇ 1,00,000 ਰੁਪਏ ਤੱਕ ਦਾ ਖਰਚਾ ਆ ਸਕਦਾ ਹੈ, ਪਰ ਇਹ ਖਰਚਾ ਅਲੱਗ ਅਲੱਗ ਥਾਵਾਂ ਉੱਤੇ ਵੱਧ ਜਾਂ ਘੱਟ ਵੀ ਸਕਦਾ ਹੈ।